ਸਾਹਿਬ ਦੇ ਇੱਕੋ ਹੀ ਮੁਰੀਦ ਹੋਏ ਨੇ, ਖਾਜਾ ਸ਼ਮਸੁਦੀਨ ਰਹਿਮਤੁੱਲਾ ਅਲੈ। ਸੁਭਾਨ ਅੱਲਾਹ, ਇੱਕ ਦਿਨ ਖਾਜਾ ਸ਼ਮਸੁਦੀਨ ਨੇ ਸਜਦਾ ਕਰਕੇ ਅਰਜ਼ ਕੀਤੀ, ਸਾਬਰ ਜੀ ਫਨਾ ਬਕਾ ਤੇ ਦੱਸੋ ਕੀ ਹੁੰਦਾ ਹੈ, ਫਨਾ ਕੌਣ ਹੈ ਬਕਾ ਕੌਣ ਹੈ। ਫਰਮਾਇਆ ਸ਼ਮਸੁਦੀਨ ਜਲਦੀ ਦੱਸਾਂਗੇ। ਥੋੜਾ ਚਿਰ ਗੁਜ਼ਰਿਆ, ਫਿਰ ਆਪ ਨੇ ਅਰਜ਼ ਕੀਤੀ, ਹਜ਼ੂਰ ਫਨਾ ਬਕਾ। ਫਰਮਾਇਆ ਕੱਲ ਦੱਸਾਂਗੇ। ਦੂਸਰੇ ਦਿਨ ਕਲੀਅਰ ਦੇ ਜੰਗਲ ਵਿੱਚ ਸੁਭਾਨ ਅੱਲਾਹ ਸਾਬਰ ਜੀ ਦਾ ਵਿਸਾਲ ਹੋ ਗਿਆ। ਸ਼ਮਸੁਦੀਨ ਖਲੋਤੇ ਹੋਏ, ਦਿਲ ਵਿੱਚ ਸਿਆਲ, ਮੇਰੇ ਸਾਬਰ ਦਾ ਜਨਾਜ਼ਾ ਕੌਣ ਪੜ੍ਹਾਏਗਾ। ਖਿਆਲ ਦਿਲ ਵਿੱਚ ਇਹ ਸੀ, ਇੱਕ ਬੁਰਕੇ ਪੋਸ਼ ਫੌਜ ਆ ਗਈ, ਉਹਨਾਂ ਆ ਕੇ ਕਿਹਾ ਸ਼ਮਸੁਦੀਨ ਸਾਬਰ ਦਾ ਜਨਾਜ਼ਾ ਹਮ ਪੜ੍ਹਾਏਗੇ। ਸ਼ਮਸੁਦੀਨ ਹੈਰਾਨ ਹੋ ਗਏ, ਅਰਜ਼ ਕੀਤੀ ਹਜ਼ੂਰ ਵਜ਼ੂ ਕਾ ਇੰਤਜ਼ਾਮ ਨਹੀਂ। ਫਰਮਾਇਆ ਵਜ਼ੂ ਅਭੀ ਹੋ ਜਾਏਗਾ। ਬਦਲੀ ਉੱਠੀ, ਉਹ ਵਜ਼ੂ ਕਰਾ ਗਈ, ਪਾਣੀ ਆ ਗਿਆ, ਸਭ ਦਾ ਵਜ਼ੂ ਹੋ ਗਿਆ। ਉਹ ਜਿਹੜਾ ਸਿਪਾ ਸਲਾਰ ਸੀ ਉਹਨੇ ਫਰਮਾਇਆ ਸਦਰਾ ਮੰਨ ਲਾ ਬਈ। ਸਦਰਾ ਮੰਨ ਕੇ ਸਾਬਰ ਜੀ ਦਾ ਜਨਾਜ਼ਾ ਕਰਾ ਕੇ ਜਦੋਂ ਤੁਰਨ ਲੱਗੇ, ਸ਼ਮਸੁਦੀਨ ਨੇ ਨੱਚ ਕੇ ਸਿਪਾ ਸਲਾਰ ਦੇ ਘੋੜੇ ਦੀ ਵਾਕ ਫੜ ਲਈ। ਜਨਾਬ ਦੱਸੋ, ਮੇਰੇ ਪੀਰਾਂ ਦਾ ਜਨਾਜ਼ਾ ਪੜ੍ਹਾਇਆ ਕੋਈ, ਮੈਂ ਇਹਨੂੰ ਪੁੱਛੂ ਤੇ ਮੈਂ ਕੀ ਦੱਸੂ, ਸਾਰਾ ਨਾ ਦੱਸੋ ਜਾਂ ਮੁੱਖ ਦਿਖਲਾਓ, ਤੁਸੀਂ ਕੌਣ ਹੋ। ਆ ਫਰਮਾਉਣ ਲੱਗੇ ਦੱਸਾਂ, ਓਏ ਕੱਲ ਕੀ ਪੁੱਛਦਾ ਸੀ। ਸ਼ਮਸੁਦੀਨ ਹੈਰਾਨ ਹੋ ਗਿਆ, ਜਨਾਬ ਕੱਲ, ਓਏ ਕੱਲ ਪੁੱਛਦਾ ਸੀ ਫਨਾ ਬਕਾ ਦੱਸੋ। ਜਨਾਬ ਜੀ ਮੈਂ ਸਾਬਰ ਜੀ ਨੂੰ ਪੁੱਛਦਾ ਸੀ। ਆਪ ਨੇ ਗੁੰਗਟ ਉਠਾਇਆ, ਫਰਮਾਇਆ ਉਹ ਫਨਾ ਪੜਾ ਹੈ, ਇਹ ਬਕਾ ਜਾ ਰਿਹਾ ਹੈ। ਕਦਮਾਂ ਤੇ ਡਿੱਗ ਪਏ, ਹਜ਼ੂਰ ਤੁਸੀਂ ਆਪ ਹੀ ਆਪਣਾ ਜਨਾਜ਼ਾ ਪੜਾ ਰਹੇ ਹੋ, ਇਹ ਸ਼ਰਫ ਕਿਵੇਂ ਹਾਸਲ ਹੋਇਆ। ਆਪਨੇ ਫਰਮਾਇਆ ਪਾਕ ਪਤਨ ਤੋਂ ਸਦਕੇ ਜਾਵਾਂ, ਜਿੱਥੇ ਫਰੀਦ ਨੇ ਤਲੀਆਂ ਲਾਈਆਂ ਤੇ ਸ਼ਮਸੁਦੀਨ ਸਾਬਰ ਪਾਕ ਫਰਮਾਉਣ ਲੱਗੇ, ਚਲੋ ਪਾਕ ਪਤਨ ਵੱਲ ਚਲੀਏ। ਚੜਾਉਂਦਾ ਬੰਗਾ ਕੰਜ ਸ਼ਕਰ, ਚੜਾਉਂਦਾ ਬੰਗਾ ਮੇਰੇ ਸਾਬਰ ਦੇ ਦਰਬਾਰ ਦੀਆਂ, ਕੰਜ ਸ਼ਕਰ ਚੜਾਉਂਦਾ ਬੰਗਾ ਮੇਰੇ ਸਾਬਰ ਦੇ ਦਰਬਾਰ, ਕੰਜ ਸ਼ਕਰ ਚੜਾਉਂਦਾ ਬੰਗਾ ਮੇਰੇ ਸਾਬਰ ਦੇ ਦਰਬਾਰ, ਮੇਰੇ ਦਰਬਾਰ ਦੇ ਦਰਬਾਰ ਦੀਆਂ, ਦਰਬਾਰ ਦੀਆਂ, ਦਰਬਾਰ 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 ਦੀਆਂ, ਕੰਜ ਸ਼ਕਰ ਚੜਾਉਂਦਾ ਬੰਗਾ ਮੇਰੇ ਸਾਬਰ ਦੇ ਦਰਬਾਰ, ਕੰਜ ਸ਼ਕਰ ਚੜਾਉਂਦਾ। ਸਾਬਰ ਦੇ ਦਰਬਾਰ ਦੀਆਂ, ਕੰਜ ਸ਼ਕਰ ਚੜਾਉਂਦਾ ਬੰਦਾ ਮੇਰੇ ਸਾਬਰ ਦੇ ਦਰਬਾਰ।
चक्कर चलाउंदा बंदा मेरे सावर दे दरबार चढ़ाउंदा बंगा मेरे साबर दे दरबार कंज शक्कर चढ़ाउंदा।